रहना। 2005 ਵਿੱਚ ਮੇਰੇ ਪਿੱਠ ਪਿੱਛੇ ਇੱਕ ਮੂਲੀ ਜਿਹਾ ਦਰਦ ਹੋਇਆ ਸੀ, ਇਹਦੇ ਕਾਰਨ ਮੈਂ ਇੰਡੀਆ ਆਇਆ। ਇੰਡੀਆ ਆ ਕੇ CMC ਦੇ ਵਿੱਚ ਮੈਂ ਆਪਣੇ ਟੈਸਟ ਕਰਾਏ ਅਤੇ ਐਂਜੀਓਗ੍ਰਾਫੀ ਵੀ ਕਰਾਇਆ। ਇਹ ਪ੍ਰਾਤ ਵੀ ਰਿਹਾ ਉੱਥੇ। ਐਂਜੀਓਗ੍ਰਾਫੀ ਕਰਨ ਤੋਂ ਬਾਅਦ ਉਹਨਾਂ ਡਾਕਟਰਾਂ ਨੇ ਸਵੇਰੇ ਉੱਠ ਕੇ, ਜਦੋਂ ਸਵੇਰੇ ਮੈਂ ਉੱਠਿਆ ਤਾਂ ਉਹਨਾਂ ਦੀ ਟੀਮ ਆਈ, ਉਹਨਾਂ ਨੇ ਫਾਈਲ ਚੈੱਕ ਕੀਤੀ। ਉਹ ਕਹਿਣ ਲੱਗੇ ਵੀ ਸਾਹ ਜਿਵੇਂ ਤੁਹਾਡਾ ਤਾਂ ਨਾੜੀਆਂ ਇੱਕ ਤਾਂ ਬਿਲਕੁਲ ਬਲੌਕ ਹੈ ਅਤੇ 90% ਬਲੌਕ ਹੈ, ਅਤੇ ਫਿਰ ਤੁਸੀਂ ਕਿਸ ਤਰ੍ਹਾਂ ਜੀਨੇ ਆ ਜੀ? ਮੈਂ ਕਿਹਾ ਜੀ ਮੈਂ ਤਾਂ ਪਰਮਾਤਮਾ ਦੇ ਭਰੋਸੇ ਜੀਣਾ। ਇਹ ਤਾਂ ਕਹਿੰਦੇ ਵੀ ਇਸ ਤਰ੍ਹਾਂ ਕਰੋ, ਵੱਡਾ ਤੁਹਾਡਾ ਜਿਹੜਾ ਹੈੱਡ ਡਾਕਟਰ ਹੈ ਸੀਨੀਅਰ, ਉਹ ਆਊਗਾ, ਉਹਦੇ ਨਾਲ ਬੈਠ ਕੇ ਤੁਸੀਂ ਸਲਾਹ ਕਰ ਲਓ। ਅਸੀਂ ਚਲੋ ਠੀਕ ਹੈ ਜੀ, ਸਲਾਹ ਕਰ ਲੈਂਦੇ ਹਾਂ। ਚਲੋ ਜੀ, ਡਾਕਟਰ ਕੋਲ ਤਕਰੀਬਨ 9:30 ਆਇਆ। ਉਹ ਮੈਨੂੰ ਅਤੇ ਮੇਰੀ ਵਾਈਫ ਨੂੰ ਅਤੇ ਮੇਰਾ ਜਵਾਈ ਹੈ, ਤਿੰਨਾਂ ਨੇ ਕਮਰੇ 'ਚ ਲੈ ਗਿਆ। ਹੁਣ ਐਂਜੀਓਗ੍ਰਾਫੀ ਦੇ ਨਾਲ ਦਾ ਬਣਾਇਆ ਹੋਇਆ ਸੀ ਜਿਹੜਾ ਚੈੱਕ ਕੀਤਾ, ਅਤੇ ਉਹਨਾਂ ਨੇ ਕਿਹਾ, ਕਹਿੰਦੇ ਸਾਹ ਜੀ ਫਿਰ ਤੁਹਾਡੀਆਂ 2 ਨਾੜੀਆਂ 90% ਬੰਦ ਹੈ ਅਤੇ 1 99%, ਇਹ ਤੁਹਾਡਾ ਬਾਈਪਾਸ ਕਰਨਾ ਹੈ ਔਰ ਬਹੁਤ ਸੀਰੀਅਸ ਕੇਸ ਹੈ। ਅਤੇ ਮੈਨੂੰ ਕੁਛ ਸ਼ੱਕ ਪੈਂਦੀ ਸੀ ਕਿ ਮੇਰੀ ਬਾਡੀ ਇੰਨੀ ਤਕਲੀਫ ਨਾ ਸਹਿਗੀ, ਔਰ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਚੰਡੀਗੜ੍ਹ ਤੋਂ ਆਇਆ ਗੱਡੀ ਲੈ ਕੇ, ਮੇਰੀ ਅਗਰ 90% ਨਾੜੀਆਂ ਦੋਨੋਂ ਬੰਦ ਹੈ, ਇੱਕ ਬਿਲਕੁਲ ਹੀ ਬੰਦ ਆ, ਤਾਂ ਮੈਂ ਕਿਸ ਤਰ੍ਹਾਂ ਗੱਡੀ ਚਲਾ ਕੇ ਆਇਆ? ਉਹ ਕਹਿੰਦੇ ਜੀ ਹੁਣ ਤਾਂ ਐਂਜੀਓਗ੍ਰਾਫੀ ਦੱਸ ਰਹੇ ਆ। ਮੈਂ ਠੀਕ ਆ, ਤੁਹਾਡੀ ਟ੍ਰੀਟਮੈਂਟ ਆਪਣੀ ਆ, ਅਤੇ ਮੇਰੇ ਪਾਸ ਤਾਂ ਹੁਣ ਪੈਸੇ ਹੈ ਨਹੀਂ, ਮੇਰੇ ਕੋਲ ਤਾਂ ਜਿੰਨੇ ਪੈਸੇ ਤੁਸੀਂ ਲੈ ਲੈ, 40,000 ਰੁਪਈਆ ਲੈ ਰਿਹਾ ਸੀ, ਅਤੇ ਮੈਂ ਕਿਹਾ ਮੈਂ ਪੈਸੇ ਇਕੱਠੇ ਕਰ ਲਿਆ ਨਾ, ਫਿਰ ਬਾਈਪਾਸ ਕਰਾ ਲੈਣਾ। ਮੈਨੂੰ ਕਹਿਣ ਲੱਗੇ, ਕਹਿੰਦੇ ਵੀ ਛੁੱਟੀ ਨਹੀਂ ਮਿਲਣੀ, ਕਹਿੰਦੇ ਸਾਹ ਜੀ ਸੀਰੀਅਸ ਕੇਸ ਹੈ। ਮੈਂ ਕਿਹਾ ਜੀ ਵੀ ਸੀਰੀਅਸ ਕੇਸ ਹੈ ਅਤੇ ਜਾਨ ਮੇਰੀ ਹੈ, ਫਿਕਰ ਮੈਨੂੰ, ਤੁਹਾਨੂੰ ਕਾਹਦਾ ਫਿਕਰ ਹੈ? ਤੁਸੀਂ ਮੈਨੂੰ ਛੁੱਟੀ ਦਿਓ, ਮੈਂ ਪੈਸੇ ਇਕੱਠੇ ਕਰਕੇ ਲਿਆਵਾਂਗਾ ਅਤੇ ਮੈਂ ਆਪਣਾ ਬਾਈਪਾਸ ਕਰਾ ਲਵਾਂਗਾ। ਕਦੇ ਨਹੀਂ ਤੁਹਾਡੇ ਬੱਚੇ ਲਿਓਗੇ? ਬੱਚੇ ਕੋਲ ਮੈਂ, ਬੱਚੇ ਕਿੱਥੋਂ ਲਿਓਗੇ ਪੈਸੇ? ਅਤੇ ਮੈਂ ਨਹੀਂ ਕਰਾਉਣਾ ਚਾਹੁੰਦਾ, ਅਤੇ ਮੈਨੂੰ ਛੁੱਟੀ ਦਿਓ। ਇਹਨਾਂ ਨੇ ਖੱਜਲ ਖੁਰਾਬ ਬਹੁਤ ਮੈਨੂੰ ਕੀਤਾ ਸਾਰੀ ਦਿਹਾੜੀ। ਇਹਨਾਂ ਨੇ ਲੜੇ ਵੀ ਲੜ ਕੇ ਤਕਰੀਬਨ ਸ਼ਾਮ ਨੂੰ 8 ਵਜੇ ਮੈਨੂੰ ਛੁੱਟੀ ਦਿੱਤੀ। ਛੁੱਟੀ ਦੇਣ ਤੋਂ ਬਾਅਦ ਕਹਿੰਦੇ ਪਛਾਇਆ ਦਵਾਈਆਂ ਲੈ ਜਾਓ, ਇਹ ਗੋਲੀਆਂ ਖਾਣੀਆਂ। ਚਲੋ ਜੀ, ਅਸੀਂ ਉਹ ਦਵਾਈ ਲੈ ਲਈ ਇੱਥੋਂ CMC ਫਾਰਮੈਸੀ ਤੋਂ। ਫਾਰਮੈਸੀ ਦਵਾਈ ਲਈ ਅਤੇ ਮੁੜ ਕੇ ਅਸੀਂ ਘਰ ਆ ਗਏ। ਘਰ ਆਏ ਅਤੇ ਸਾਡੇ ਇੱਥੇ ਸੰਤ ਕੁੱਪ ਸਾਹਿਬ, ਉਹ ਮੇਰੇ ਕੋਲ ਦੁਬਈ ਵੀ ਆਏ ਸੀ, ਅਸੀਂ ਸਾਡੇ ਬੱਚਿਆਂ ਨੇ ਉਹਨਾਂ ਨੂੰ ਟੈਲੀਫੋਨ ਕੀਤਾ ਵੀ ਨਾ ਆਹ ਗੱਲ ਹੈ, ਤਾਂ ਉਹਨਾਂ ਨੇ ਕਿਹਾ ਵੀ ਹਾਂ ਵੀ ਨਿਰਮਲ ਸਿੰਘ ਆਪਰੇਸ਼ਨ ਤਾਂ ਨਹੀਂ ਕਰਾਇਆ? ਮੈਂ ਹਜੇ ਆਪਰੇਸ਼ਨ ਨਹੀਂ ਕਰਾਇਆ। ਮੈਂ ਕਹਿੰਦਾ ਵਧੀਆ ਹੋਇਆ, ਇੱਕ ਮੇਰਾ ਡਾਕਟਰ ਲੁਧਿਆਣੇ ਹੈ, ਗੁਰਸਿੱਖ ਆ, ਕਨੇਡਾ ਡਿਗਰੀ ਕਰਕੇ ਆਇਆ ਡਾਕਟਰੀ ਦੀ, ਹਾਰਟ ਦੀ, ਅਤੇ ਤੁਸੀਂ ਉਹਦੇ ਕੋਲ ਜਾਓ, ਮੈਂ ਟੈਲੀਫੋਨ ਕਰ ਦਿੰਦਾ। ਅਸੀਂ ਉਹਦੇ ਕੋਲ ਚਲੇ ਗਏ, ਮੈਂ ਔਰ ਮੇਰਾ ਜਵਾਈ ਗਏ। ਅਸੀਂ ਬੈਠੇ ਅਤੇ ਅੰਦਰ 2 ਮਰੀਜ਼ ਗਏ ਹੋਏ ਸੀ, ਅਤੇ ਜਦੋਂ 2 ਮਰੀਜ਼ ਬਾਹਰ ਆਏ ਅਤੇ ਅਸੀਂ ਦੋਨੇ ਅੰਦਰ ਜਾ ਗਏ, ਅਤੇ ਡਾਕਟਰ ਸਾਹਮਣੇ ਬੈਠਾ ਸੀ ਅਤੇ ਇੱਕ ਉਹਦਾ ਦੋਸਤ ਬੈਠਾ ਸੀ। ਉਸ ਤੋਂ ਬਾਅਦ ਅਸੀਂ ਫਾਈਲ ਮੋਹਰੇ ਰੱਖੀ ਹੋਈ, ਫਾਈਲ ਚੈੱਕ ਕੀਤੀ। ਉਹ ਕਹਿਣ ਲੱਗੇ ਮਰੀਜ਼ ਲੈ ਕੇ ਆਓ, ਕਿੱਥੇ ਹੈ? ਬਾਹਰੋਂ ਮਰੀਜ਼ ਬੁਲਾਓ। ਮੈਂ ਜੀ ਮਰੀਜ਼ ਤਾਂ ਮੈਂ ਹੀ ਹਾਂ। ਇਹ ਕਹਿੰਦੇ ਤੁਹਾਡੀ ਰਿਪੋਰਟ ਹੈ? ਮੈਂ ਜੀ ਮੇਰੀ ਰਿਪੋਰਟ ਹੈ, ਇਹ ਕੱਲ੍ਹ ਦੀ ਰਿਪੋਰਟ ਹੈ। ਉਹਨਾਂ ਨੇ ਫਿਰ ਆਪਸ ਵਿੱਚ ਹੀ ਬੈਠ ਕੇ ਗੱਲਬਾਤ ਕੀਤੀ ਵੀ ਰਿਪੋਰਟ ਸਾਹ ਜੀ ਤਾਂ ਫਿਰ ਇਸ ਤਰ੍ਹਾਂ ਗੱਲਬਾਤ ਕਰਦੇ ਆ, ਵੀ ਰਿਪੋਰਟ ਕਿਸ ਤਰ੍ਹਾਂ ਦੀ ਬਣਾਤੀ ਹੈ? ਅਤੇ ਫਿਰ ਉਹਨੇ ਮੈਨੂੰ ਲੰਮਾ ਪਾ ਕੇ ਮੇਰਾ ਹਾਰਟ ਚੈੱਕ ਕੀਤਾ। ਉਹ ਕਹਿਣ ਲੱਗੇ ਵੀ ਹਾਰਟ ਤੇਰਾ ਸਹੀ ਚੱਲ ਰਿਹਾ, ਵੱਡੀ ਵੱਡੀ ਪ੍ਰੋਬਲਮ ਤਾਂ, ਇੰਨੀ ਪ੍ਰੋਬਲਮ ਤਾਂ ਹਰੇਕ ਆਦਮੀ ਦੇ ਅੰਦਰ ਹੈ। ਅਤੇ ਫਿਰ ਮੈਂ ਹਜੇ ਵੀ ਹੁਣ ਦੇਖੋ, ਤਾਂ ਗੌਰਮੈਂਟ ਇਹ ਤਾਂ ਗੌਰਮੈਂਟ ਨੇ ਆਪਣਾ
हॉस्पिटल खोलिया भाई तो इन्हों पता होना चाहिए। फिर वो डॉक्टर कहता इस तरह करो भी गोलियां मैं हजार लिख के दी गोलियां असी नहीं खादियाँ सड़तियाँ उन्होंने छे गोलियां दतिया फिर गोली रोज़ खानी है फिर चेक करा लियो। मैं फिर एक गोली रोज़ ही खाता सी को मैं तकलीफ तो फिर हुई भी नहीं। खाने तो बाद लो जी वो मैं फिर चंडीगढ़ चले गया। चंडीगढ़ जाने तो बाद ते एक अंबरसर डॉक्टर पखीर चंद है वो वैद है वो खानदानी वैद है सारे सानू कि दसिया फिर तुम उत्थे चेक कराओ निर्णय कॉलेज जाओ अपॉइंटमेंट लै लो वो थानू वो दसूगा नाड़ी देख के थोड़ी दो हाथों दी पे हाँ भी थोड़ी क्या नाड़ियाँ बंद है या क्या प्रॉब्लम है। चलो जी सवेरे असी बस बैठे अपॉइंटमेंट लै ली सी बस बैठे उसको पहुँच गए 2 बजे साढ़ा नंबर आया तो 2 बजे नंबर आया तो असी उन्हों अपनी फैल दिखा लगे वो फैल ना देखे ये कहना मैंने लौड़ नहीं सर जी फैल देखने की कहता हूँ मेरी नसा दो बह नाड़ियाँ देखिया देखने तो बाद कहता फिर रिपोर्ट मेरी फड़ ली हूँ मैंने फिर यही क्या कहता भी उत्थे 3 लाख जमा करा देना तेरी नाड़ियाँ खोल देनिया थी उन्हें मैं अच्छा जी कहता बच गया तुम तो कहता कोई प्रॉब्लम नहीं मैं थोड़े एक एक अर्जन शैल वर्गा काढ़ा जहा सी वो दिना थानू मैं मैं रहना दुबई वो कहता तुम दुबई लै जाओ इन 6 महीने पीना सवेर निर्णय कल से थोड़ा बना के पी लड़ा तो जो खत्म हो जाऊगा कार्ड तुम देता थोड़े रिश्तेदार है ये लैके फिर भेज दोगे तो 1 साल पी ला मैं ठीक है जी उस मैं 1 साल दवाई पीती पीने तो बाद ठीक है मुड़ के मैं जी फिर बेध्यान हो गया कोई तकलीफ ही नहीं हुई तकलीफ नहीं हुई। जो फिर दोबारा मैं आया 2 साल 1.5 साल बाद इतने मेरा जवाई है मैं लड़की बे शायद लड़की ब्याही होगा वो कहता डैडी भी कहता इतने एक हॉस्पिटल है CBI वो बोतल नाड़ा खोलते हैं उस दवाई पाते को ग्लूकोज असी इतने आ गए इन्होंने गलबात की इन्होंने कहा भी इस तरह करो तुम एक तरह वो अपना दूसरा सिटी स्कैन भी जी है वो कराओ तुम अलडेल्टा दे कोल कराया मैं लिख दिना असं उत्थे जाके चेक कराया तो 10,000 रुपये जमा किया उन्हें मशीन के पा के मैं तो उत्थे उन्हें अद्धा पौना घंटा मेरे नाल उन्हें चेक किया इको टेस्ट किया ECG की सिटी स्कैन करने तो बाद कहते थोन परसों रिपोर्ट मिलेगी मैं जी ठीक है तो परसों थो टैलीफोन आ गया रिपोर्ट मिल गई असी रिपोर्ट लैके इतने आ गए ना अपने आ गए तो इन्होंने चेक किया कह लगे इदा करो निर्मल सिंह भाई 4-5 बोतल लवा लो भी बहुत है थोड़े वास्ते कोई गोली तो नहीं खाते मैं जी गोली डॉक्टर ने दस्या था कहना गोली की लड़ नहीं गोली छड़ दो थोड़ी गोली खाते मैं ठीक है जी। उस तो बाद जो को 5 बोतल के पैसे जमा कराए तो 5 बोतल लवाने तो बाद जाने तकरीबन शरीर मेरा होर कैम हो गया फिर मैं डॉक्टर साहब ना गल की मैं डॉक्टर साहब यदा कोई कोर्स हों कह लगे निर्मल सिंह कोर्स ये 30 बोतल का है मैं यदा कोई नुकसान कहना नुकसान कोई नहीं ये नाड़ा के अंदर जो कैल्शियम जमया वो साफाई करनी है बस कोई नाड़ भी हो किसी भी हरेक जगह जाएगी दवाई फिर मैं 30 ला दौ फिर जी मैं 4 महीने में 30 बोतल लवा लिया लवा के दुबई चले गए व फिर उतो कदों भी साल में आना 6 महीने आना जो आना मैं 4-5 बोतल लवा के जाता रहा मेरे तकरीबन 80 बोतल लग गई उस तो बाद हूँ तकरीबन मैनू 2.5-3 साल हो गए मैं नहीं लवाई बोतल कोई भी हूँ जो मैं पिछे आया चलो मैं हूँ आयो हाँ चलो 5 बोतल लवा लें मैं पिछे 4 महीने पहला 5 बोतल लवा के गया 5 बोतल लवाने तो बाद
फिर दुबई चला गया। दुबई तो बाद हूँ आया जी, हूँ आया चलो मैं नाल टेस्ट करा लें जेडे डॉक्टर साहब कर दिए मशीन के नाल, ते नाले चलो पांच क बोतल लवा लें जी। तकरीबन मैं हूँ आ गए आ दो ही बोतल शुरू की परसों लवाई कज लवाई है, पर मैं अज तक कोई तकलीफ नहीं हुई। मैं नौ नौ दस दस मजलों से चढ़ के जाना आना मेरा कम ही यह जहाँ मैं हला तो भी कोई प्रॉब्लम नहीं हैगी। बाकी है भी मैं तो हरेक यही सलाह देवगा बाईपास नालों और स्टंडा नालों आराम ना इतने आके अपनी दवाई लवो, ऐ बोतलों राही थोड़ी नाड़ा आराम ना खुल जाए, कोई परेशानी नहीं हैगी, शरीर चलता बहुत सोना। हाँ जी टेस्ट हो जाते बाईपास हो गए भी जोड़े है वो भी बेचारे रोंद उन्होंने भी ब्लॉक फिर हो जाए, स्टंड ब्लॉक हो जाएँ। तो मैं तो हरेक में यही सलाह देवगा कि चीर पाठ नो वी इतने आके अपने राम बोतल लवाओ तो राम ना प्रभु के गुण गाओ तो अपना डा। बाकी है भी डॉक्टर भी अच्छा स्टाफ भी अच्छा बहुत अच्छे प्यार हरेक की ट्रीटमेंट करते करते हैं, कोई किसी तकलीफ नहीं इतने। हाँ जी अच्छे सुभा देने सारे। हाँ जी अच तक तारीफ बहुत करते हैं जी, साड़ी तो जानी हरेक सलाह यही है जे को थानू को तकलीफ होंगी है पता लगता आराम न गड्डी चको बस आ जाओ ट्रेन आ जाओ सीधे इतने पहुँच जाओ। जोड़ा डॉक्टर को पचास चार लख देना इतने सस्ता थोड़ा इलाज है। हाँ जी लख खंड के बच्चे हो जाना तो ना जिंदगी बची हो। मैं तो यही मशवरा दिना जी हरेक बाकी।